देख रहे हो, कहिंदे जदों बंदा राजनीति दे विच आउंदा है तां राजनीति दे विच हजे कोई पद नहीं मिलिया बंदा, पर गड्डियां वड्डियां वड्डियां होण लग जांदियां। मोहम्मद सदीक साडे नाल ने, पहलां गड्डी दिखा दिंदे आ, इंडिका। बहुत साल पहला बहुत मशहूर सी, पर इंडिका गड्डी दे विच कांग्रेस पार्टी के सांसद ने और मशहूर गायक ने। इस वेले यह मौजूदा एम पी ने ते वड्डे पंजाब दे गायक भी ने। गलबात कर लैणे आ सदीक साहब, एक मिनट ही लैणा है, पहला मेरा सवाल लै लो। मेरी गड्डी पेंचर हो गई है, इस करके मैं गड्डी मैं अपनी बच्ची तो मेरी लड़की तो मंगवाई हुई है गड्डी। मैं ठीक है, मैंने सरकारी गड्डी मिली हुई है। सरकारी मिली हुई है, पर डाउन टू अर्थ हो, इस बैठने कोई शर्म तो नहीं? नो नो नो, बिल्कुल नहीं। ये मैंने उत्थे बचाऊगी जिथे उन्हें बचाना सी। गड्डी है ना, एम पी होण तुहाडे वर्गे वड्डे गायक होण, अगला कहिंदा मैं इंडिका च बैठूंगा। ये सोच हो सकती है किसी की, मैं इस बारे कुछ नहीं कह सकता। पता नहीं ये सोच की है कि नहीं। मेरी सोच तो है भी मैं थोड़े सामने बैठ के चुप करके, पता नहीं कि लोगों की सोच है, समझ तो बाहर है। नहीं, पर कितने कितने देखा जाए, हुण तुसीं देखो किड्डियां किड्डियां गड्डियां आईयां सदीक साहब। नहीं, मैं किसी की गड्डी देखी तो परंतु नहीं करूँगा। एक बंदा, दो बंदे सीगे, उन्होंने ट्रेन पर चढ़ना सीगा, है जी। एक बंदा नठ के साहोसाई हो गया तो चढ़ गया जाके, तो गड्डी तुरन लगी तो जो मेरे वर्गा दूजा सीगा वह भी पिछले डब्बे चढ़ गया। वो अगले स्टेशन से जो उतरे, दोनों ने उतरना सी, वह जो पहला चढ़े सी वह गल पै गया। कहता यार तू बंदा है, तू पिछले डब्बे चढ़ गया, तू इसे चढ़ता। कहता पर अज इतने तू पहुँचना, उत्थे मैं पहुँचना सीगा, तू साहोसाई हो के चढ़िया, मैं आराम नाल चढ़ आ गया। इस करके ये मैंने उत्थे बचाऊगी जिथे मैंने उस गड्डी ने बचाना सी। मैनू इस गल कोई फर्क नहीं पैंदा। ਵੱਡੀਆਂ ਗੱਡੀਆਂ ਦਾ ਸਵਾਦ ਸਦੀਕ ਨੂੰ ਘੱਟ ਹੀ ਹੈ? ਨਹੀਂ ਨਹੀਂ, ਐਸੀ ਗੱਲ ਨਹੀਂ ਹੈਗੀ ਹੈ। ਮੈਨੂੰ ਸਰਕਾਰੀ ਗੱਡੀ ਮਿਲੀ ਹੋਈ ਹੈ ਕਿਉਂਕਿ ਐਮ ਪੀ ਨੂੰ ਮਿਲ ਜਾਂਦੀ ਹੈ, ਐਮ ਐਲ ਏ ਨੂੰ ਮਿਲ ਜਾਂਦੀ ਹੈ, ਮੈਨੂੰ ਵੀ ਮਿਲੀ ਹੋਈ ਹੈ। ਮੈਂ ਦੱਸਿਆ ਆਪ ਜੀ ਨੂੰ ਵੀ ਮੈਨੂੰ ਇਸ ਗੱਡੀ 'ਚ ਬੈਠਣ ਵਾਸਤੇ ਕੋਈ ਸ਼ਰਮ ਨਹੀਂ ਹੈ, ਇਹ ਮੇਰੀ ਲੜਕੀ ਦੀ ਗੱਡੀ ਹੈ। ਸਦੀਕ ਸਾਹਿਬ, ਮੈਂ ਜਦ ਤੁਹਾਨੂੰ ਬੈਠੇ ਇਸ ਗੱਡੀ 'ਚ ਬੈਠਦੇ ਦੇਖਿਆ, ਮੈਨੂੰ ਖੁਦ ਨੂੰ ਇਹ ਚੀਜ਼ ਅਚੰਭਾ ਹੋਇਆ ਕਿ ਜਦੋਂ ਕੋਈ ਸਾਂਸਦ ਆਉਂਦਾ ਤਾਂ ਬਾਈ ਜੀ ਗਾਰ ਬਹੁਤ ਚੀਜ਼ਾਂ ਹੁੰਦੀਆਂ, ਪਰ ਇੰਨਾ ਸਿੰਪਲ ਬੰਦਾ। ਦੇਖੋ ਮੇਰੇ ਨਾਲ ਮੇਰਾ ਗਨਮੈਨ ਹੈਗਾ ਜਿਹੜਾ ਬਹੁਤ ਜ਼ਰੂਰੀ ਹੁੰਦਾ, ਪ੍ਰੋਟੋਕੋਲ ਕਹਿੰਦਾ ਗਨਮੈਨ ਰੱਖੋ ਮੇਰੇ ਨਾਲ ਹੈ, ਅਤੇ ਮੈਂ ਗੱਡੀ 'ਚ ਬੈਠਾ, ਇਹ ਗੱਡੀ ਮੈਨੂੰ ਲੈ ਕੇ ਜਾਊਗੀ, ਮੈਂ ਇਹਨੂੰ ਧੱਕਾ ਲਾ ਕੇ ਨਹੀਂ ਜਾਊਂਗਾ, ਗੱਡੀ ਮੈਨੂੰ ਲੈ ਕੇ ਜਾਊਗੀ। ਇਸ ਕਰਕੇ ਇਹੋ ਜਿਹੀ ਸੋਚ ਨੂੰ ਛੱਡੋ ਪਰੇ, ਵੀ ਗੱਡੀ ਤਾਂ ਗੱਡੀ ਹੁੰਦੀ ਹੈ। ਪਰ ਇਹਨਾਂ ਪਰ ਇਹੋ ਜਿਹੇ ਜਿਹੜੇ ਗੱਡੀਆਂ ਵੱਡੀਆਂ ਵੱਡੀਆਂ ਗੱਡੀਆਂ 'ਚ ਪੋਲੀਟੀਸ਼ੀਅਨ ਆਉਂਦੇ ਆ, ਤਾਂ ਉਹਨਾਂ ਦੀ ਕੋਈ ਇੱਕ ਚੀਜ਼ ਤਾਂ, ਇੱਕ ਗੱਲ ਤਾਂ ਸਦੀਕ ਕਿਤੇ ਕਹਿਣੀ ਬਣਦੀ ਹੈ ਨਾ, ਕਿਉਂਕਿ ਲੋਕਾਂ ਦੇ ਪੈਸਿਆਂ ਦੇ। ਨਹੀਂ ਦੇਖੋ, ਮੈਂ ਕਿਸੇ ਵਾਸਤੇ ਕਿੰਤੂ ਪਰੰਤੂ ਨਹੀਂ ਕਰਦਾ, ਮੈਂ ਇਹੋ ਜਿਹੀ ਗੱਲ ਕਦੇ ਕੋਈ ਕਰਦਾ ਹੀ ਨਹੀਂ ਜਿਹੜੀ ਕੰਟਰੋਵਰਸਿਸ ਹੋਵੇ। ਤਾਂ ਮੈਂ ਸਿੱਧੀ ਜੀ ਗੱਲ ਇਹ ਹੈ, ਤੁਹਾਡੇ ਨਾਲ ਸਦੀਕ ਜੀ ਕੰਟਰੋਵਰਸੀ ਹੋ ਜਾਂਦੀ ਹੈ? ਚਲੋ ਹੋਈ ਜਾਵੇ, ਮੈਨੂੰ ਕੋਈ ਗੱਲ ਨਹੀਂ, ਕੋਈ ਗੱਲ। ਇਹ ਗੱਲ ਤਾਂ ਤੁਸੀਂ ਮੰਨਦੇ ਹੋ ਨਾ, ਤੁਸੀਂ ਕਹਿੰਦੇ ਹੋ ਕਿ ਮੈਂ ਕੰਟਰੋਵਰਸੀ ਨਹੀਂ ਕਰਦਾ, ਪਰ ਤੁਹਾਡੇ ਨਾਲ ਹੀ ਹਮੇਸ਼ਾ ਸਦੀਕ ਜੀ ਕੰਟਰੋਵਰਸੀ ਹੋ ਜਾਂਦੀ। ਕੋਈ ਗੱਲ ਨਹੀਂ, ਇਹ ਸੁਭਾਅ ਹੁੰਦੇ ਨੇ ਬੰਦਿਆਂ ਦੇ, ਹਰ ਬੰਦੇ ਦਾ ਸੁਭਾਅ, ਮੇਰਾ ਆਪਣਾ ਸੁਭਾਅ ਹੈ, ਜਿਹੜੇ ਕੰਟਰੋਵਰਸੀ ਕਰਦੇ ਨੇ ਉਹਨਾਂ ਦਾ ਆਪਣਾ ਸੁਭਾਅ ਹੈ, ਅਤੇ ਜਿਹੜੇ ਗੱਡੀਆਂ ਵੱਡੀਆਂ ਖਰੀਦਦੇ ਨੇ ਜਾਂ ਗੱਡੀਆਂ ਵੱਡੀਆਂ ਜਾਂਦੇ ਨੇ, ਕੋਈ ਉਹਨਾਂ ਦਾ ਆਪਣਾ ਸ਼ੌਕ ਹੈ, ਆਪਾਂ ਉਹਨਾਂ ਨੂੰ ਕਿਉਂ ਮਾੜਾ ਕਹੀਏ ਜਾਂ ਕਿਉਂ ਕੰਟਰੋਵਰਸੀ 'ਚ ਪਈਏ। ਪਰ ਇਸ ਗੱਡੀ 'ਚ ਬੈਠਣ 'ਚ ਕੋਈ ਇਤਰਾਜ਼, ਕੋਈ ਸ਼ਰਮ? ਕਮਾਲ ਦੀ ਗੱਲ ਹੈ, ਜੇ ਤਾਂ ਮੈਨੂੰ ਕਿਸੇ ਨਾ ਕਹਿ ਦੇਵੇ ਮੰਤਰੀ ਹੈ ਸਦੀਕ ਇੰਡੀਕਾ ਗੱਡੀ ਬੈਠਾ, ਮੇਰੀ ਗੱਲ ਸੁਣੋ, ਜਿਹਨੇ ਕਹਿਣਾ ਕਹਿ ਦੇਵੇ ਤੁਸੀਂ, ਜੇ ਤਾਂ ਮੈਨੂੰ ਕਿਸੇ ਨੇ ਖਿੱਚ ਕੇ ਬਿਠਾਇਆ ਹੋਵੇ ਤਾਂ ਤੁਸੀਂ ਇਤਰਾਜ਼ ਕਰੋ, ਮੈਂ ਤਾਂ ਆਪ ਬੈਠਾ ਇਸ ਗੱਡੀ ਦੇ ਵਿੱਚ। ਠੀਕ ਹੈ, ਬਹੁਤ ਮਿਹਰਬਾਨੀ ਗੱਲਬਾਤ ਲਈ। ਮੁਹੰਮਦ ਸਦੀਕ ਸਾਂਸਦ ਨੇ, ਕਹਿੰਦੇ ਵੀ ਮੇਰੀ ਬੇਟੀ ਦੀ ਗੱਡੀ ਹੈ, ਹਾਲਾਂਕਿ ਮੈਨੂੰ ਸਰਕਾਰੀ ਗੱਡੀ ਜ਼ਰੂਰ ਮਿਲੀ ਹੋਈ ਆ। ਇੰਡੀਕਾ ਗੱਡੀ ਦਿਖਾਉਣਾ ਤੁਹਾਨੂੰ, ਗੱਡੀ ਦੀ ਹਾਲਤ ਦੇਖ ਲਓ। ਇੱਕ ਸਾਂਸਦ ਬੈਠੇ ਨੇ, ਪਰ ਕਮਾਲ ਦੀ ਗੱਲ ਹੈ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ, ਕਿਉਂਕਿ ਜਦੋਂ ਕੋਈ ਬੰਦਾ ਮੰਤਰੀ ਜਾਂ ਸਾਂਸਦ MLA ਬਣ ਜਾਂਦਾ ਹੈ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਇਹਨਾਂ ਗੱਡੀਆਂ 'ਚ ਬੈਠਣਾ ਇਹ ਲੋਕ ਪਸੰਦ ਨਹੀਂ ਕਰਦੇ। ਕੈਮਰਾ ਪਰਸਨ ਨੂੰ ਕਹੂੰਗਾ ਇਹ ਚੀਜ਼ ਇੱਕ ਦਿਖਾ ਦਿਓ, ਇਹ ਦੇਖੋ ਤੁਸੀਂ, ਇਹ ਤਸਵੀਰ ਦਿਖਾਉਣਾ ਇੰਡੀਕਾ ਗੱਡੀ 'ਚ। ਇਸ ਵੇਲੇ ਸਾਂਸਦ ਬੈਠੇ ਨੇ ਜੋ ਕਿ ਕਾਂਗਰਸ ਦੇ ਸਾਂਸਦ ਨੇ, ਔਰ ਮੁਹੰਮਦ ਸਦੀਕ ਇੱਕ ਵੱਡੇ ਆਪਣੇ ਆਪ 'ਚ ਵੱਡੇ ਗਾਇਕ ਵੀ ਨੇ, ਪਰ ਕਹਿੰਦੇ ਬਾਈ ਜੀ ਮੈਨੂੰ ਇਸ ਗੱਡੀ ਦੇ ਵਿੱਚ ਬੈਠਣ 'ਚ ਕੋਈ ਸ਼ਰਮ ਨਹੀਂ ਹੈਗੀ, ਇਹਨੇ ਵੀ ਉੱਥੇ ਹੀ ਲੈ ਕੇ ਜਾਣਾ, ਮੈਂ ਕੋਈ ਕੰਟਰੋਵਰਸੀ ਨਹੀਂ ਕਰਦਾ। ਪਰ ਸਭ ਤੋਂ ਵੱਧ ਕੰਟਰੋਵਰਸੀਆਂ ਮੁਹੰਮਦ ਸਦੀਕ ਨਾਲ ਹੀ ਹੁੰਦੀਆਂ, ਪਰ ਕਿਤੇ ਨਾ ਕਿਤੇ ਇਹ ਮੇਰੇ ਦੇਸ਼ ਦੇ ਰਾਜਨੀਤਿਕ ਲੋਕਾਂ ਦੇ ਲਈ ਵੱਡਾ ਚਾਨਣ ਮਿਨਾਰਾ ਹੋ ਸਕਦੇ ਨੇ ਕਿ ਕਿਸੇ ਗੱਡੀ 'ਚ ਬੈਠ ਜਾਓ, ਜਾਣਾ ਉਸੀ ਮੰਜ਼ਿਲ 'ਤੇ ਹੈ। ਕੈਮਰਾਮੈਨ ਸੂਰਜ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ, ਪੰਜਾਬ।